ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਧੜ ਨਾਲ ਪੁਰਾਣੇ ਟਰੈਕਟਰਾਂ ਦੇ ਰੇਟਾਂ ਸੰਝੇ ਕਰਾਂਗੇ ਸੋ ਪਹਿਲੀ ਵੀਡੀਓ ਪਾਉਣ ਲੱਗਾ ਹਾਂ ਟਰੈਕਟਰਾਂ ਦੇ ਉੱਤੇ ਤੇ ਸਾਥ ਜ਼ਰੂਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਆਪਾਂ ਤਾਂ ਪਾਉਣ ਲੱਗੇ ਹਾਂ ਕਿਉਂਕਿ ਟਰੈਕਟਰ ਲੈਣ ਬਾਰੇ ਜਦੋਂ ਆਪਾਂ ਸੋਚਦੇ ਹਾਂ ਉਦੋਂ ਆਪਾਂ ਨੂੰ ਟਰੈਕਟਰਾਂ ਦਾ ਰੇਟ ਬਹੁਤਾ ਪਤਾ ਨਹੀਂ ਹੁੰਦਾ ਮਾਰਕੀਟ ਦੇ ਵਿੱਚ ਕੀ ਚੱਲੀ ਜਾਂਦੇ ਆ ਸੋ ਜਦੋਂ ਆਪਾਂ ਟਰੈਕਟਰ ਲੈਣ ਜਾਵਾਂਗੇ ਆਪਾਂ ਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਆਹ ਟਰੈਕਟਰ ਦਾ ਆ ਮਾ ਆਹ ਜਿਹੜੇ ਮਾਡਲ ਦਾ ਇੰਨਾ ਦਾ ਰੇਟ ਜਿਹੜਾ ਉਹ ਚੱਲੀ ਜਾਂਦਾ ਸੋ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਪਹਿਲੀ ਏਨੇ ਮੈਂ ਵੀਡੀਓ ਹੀ ਲਗਾਉਣਾ ਪਾਉਣ ਸੋ ਅੱਗੇ ਜਾ ਕੇ ਆਪਾਂ ਜਿਹੜੀ ਇਹ ਵੀਡੀਓ ਮੰਡੀਆਂ ਦੇ ਵਿੱਚ ਜਾ ਕੇ ਵੀ ਜਿਹੜੀ ਆ ਉਹ ਪਾਇਆ ਕਰਾਂਗੇ ਸੋ ਗੱਲ ਕਰਦੇ ਆਂ ਆਪਾਂ ਰੇਟਾਂ ਦੀ ਪਹਿਲਾਂ ਆਪਾਂ ਗੱਲ ਕਰਾਂਗੇ ਸੋਨਾ ਲੀ 2021 ਮਾਡਲ ਜੇ ਆਪਾਂ ਕਿਸੇ ਨੇ ਲੈਣਾ ਵਾ ਤੇ ਉਹ 6.5 ਤੋਂ ਲੈ ਕੇ ਤੇ 6.5 ਲੱਖ ਦੇ ਜੋ ਜਿਹੜਾ ਆਉ ਆਪਾਂ ਨੂੰ ਲੈਣਾ ਚਾਹੀਦਾ ਸੋ ਵਧੀਆ ਕੰਡੀਸ਼ਨ ਟਾਇਰ ਟੂਰ ਚੰਗੇ ਹੋਣ ਤੇ ਅੱਗੇ ਆਪਾਂ ਗੱਲ ਕਰ ਲਈ ਜਿਹੜਾ ਡਾਊਨ ਮਾਡਲ ਲੈਣਾ ਕਰਨ ਸਵਰਾਏ 735 98 ਕ ਮਾਡਲ ਉਹ ਆਪਾਂ ਨੂੰ 1.5 ਲੱਖ ਦੇ ਤੋਂ ਲੈ ਕੇ ਤੇ 1.60 ਛੁੱਟ ਦੇ ਵਿੱਚ ਜਿਹੜਾ ਆਪਾਂ ਨੂੰ ਉਹ ਮਿਲਣਾ ਚਾਹੀਦਾ 855 16 ਮਾਡਲ ਦੀ ਗੱਲ ਕਰ ਲੈਂਦੇ ਆ ਉਹ ਆਪਾਂ ਨੂੰ 5 20 ਤੋਂ ਲੈ ਕੇ ਤੇ 5.5 ਲੱਖ ਦੇ ਵਿੱਚ ਜਿਹੜਾ ਉਹ ਮਿਲਣਾ ਚਾਹੀਦਾ ਵਾ ਤੇ ਅਰਜਨ ਅਰਜਨ ਦੀ ਗੱਲ ਕਰ ਲਈਏ 2017 ਮਾਡਲ ਉਹ ਆਪਾਂ ਨੂੰ 4.50 ਤੋਂ ਲੈ ਕੇ ਤੇ 470 ਸੁੱਤਰ ਦੇ ਵਿੱਚ ਆਪਾਂ ਜਿਹੜਾ ਉਹ ਮਿਲਣਾ ਚਾਹੀਦਾ ਅੱਗੇ ਜੌਨ ਡੀਅਰ 5310 ਦੀ ਗੱਲ ਕਰ ਲਈਏ ਤੇ ਉਹ 2009 ਮਾਡਲ ਆਪਾਂ ਨੂੰ 4.50 ਤੋਂ ਲੈ ਕੇ ਤੇ 4.470 ਤੱਕ ਜਿਹੜਾ ਉਹ ਵਧੀਆ ਟਰੈਕਟਰ ਆਪਾਂ ਨੂੰ ਮਿਲਣਾ ਚਾਹੀਦਾ ਵਾ ਅੱਗੇ ਗੱਲ ਕਰਦੇ ਆ ਕਿੰਨੇ ਘੱਟ ਫਾਇਆ ਖਰਚਣੇ ਆ ਟਰੈਕਟਰ ਵਧੀਆ ਲੈਣਾ ਵਾ ਤੇ ਉਹ ਥੋੜਾ ਜਿਹਾ ਮਾਰਕੀਟ ਤੋਂ ਆਪਾਂ ਨੂੰ ਹਟਕੇ ਲੈਣਾ ਪਊਗਾ ਜਿੱਦਾਂ ਐਂਡੋ ਫਾਰਮ ਟਰੈਕਟਰ ਆ 65 ਹਸ ਪਾਵਰ ਉਹ ਆਪਾਂ ਨੂੰ 2014 ਮਾਡਲ ਮਾਡਲ ਜਿਹੜਾ 280 ਦੇ ਲੱਗ ਬੰਨੇ ਆਪਾਂ ਨੂੰ ਜਿਹੜਾ ਉਹ ਮਿਲ ਸਕਦਾ ਤੇ ਅੱਗੇ ਗੱਲ ਕਰ ਲੈਨੇ ਆ 855 10 ਮਾਡਲ ਉਹ ਆਪਾਂ ਨੂੰ 270 ਤੋਂ 290 ਦੇ ਵਿੱਚ ਜਿਹੜਾ ਉਹ ਮਿਲਣਾ ਚਾਹੀਦਾ ਵਾ ਸੋ ਇਸ ਤਰ੍ਹਾਂ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਵੱਖ-ਵੱਖ ਮਾਡਲ ਵੱਖ-ਵੱਖ ਕੰਪਨੀਆਂ ਦੇ ਟਰੈਕਟਰਾਂ ਦੇ ਰੇਟ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਸੋ ਵੀਡੀਓ ਨੂੰ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ